ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕਨੈਕਟ ਐਫ ਐਮ ਕੈਨੇਡਾ ਮੈਂ ਹਾਂ ਐਵੀ ਐਂਡ ਹਰ ਹਫਤੇ ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਨਾ ਕੋਈ ਫਿਲਮ ਰਿਲੀਜ਼ ਹੋ ਰਹੀ ਹੈ ਅਤੇ ਇਸ ਹਫਤੇ ਰਿਲੀਜ਼ ਹੋ ਰਹੀ ਹੈ ਮੈਂ ਅਤੇ ਬਾਪੂ ਅਤੇ ਅੱਜ ਅਸੀਂ ਪਹੁੰਚੇ ਹਾਂ ਉਸਦੇ ਪ੍ਰੀਮੀਅਰ ਦੇ ਉੱਤੇ ਅਤੇ ਅਸੀਂ ਗੱਲਬਾਤ ਕਰਾਂਗੇ ਅੱਜ ਪਰਮੀਸ਼ ਵਰਮਾ ਦੇ ਨਾਲ ਅਤੇ ਡਾਕਟਰ ਸਤੀਸ਼ ਵਰਮਾ ਦੇ ਨਾਲ ਅਤੇ ਹੋਰ ਵੀ ਸਟਾਰਕਾਸਟ ਜਿਹੜੀ ਇੱਥੇ ਫਿਲਮ ਦੇਖਣ ਆਊਗੀ ਅਤੇ ਮੈਂ ਕਿਹਾ ਆਓ ਫਿਰ ਫਿਲਮ ਵੀ ਦੇਖੀਏ ਅਤੇ ਗੱਲਾਂ ਬਾਤਾਂ ਵੀ ਕਰੀਏ ਸੋ ਇਸ ਟਾਈਮ ਸਾਡੇ ਨਾਲ ਨੇ ਨਿਰਮਾਨ ਭਾਅ ਜੀ ਵੈਲਕਮ ਟੂ ਕਨੈਕਟ ਐਫ ਐਮ ਕੈਨੇਡਾ ਥੈਂਕ ਯੂ ਵੀਰੇ अच्छा तुसी फिल्म देखने आए हो कि एक्सपेक्टेशंस ने मैं ते बापू तो मेरी एक्सपेक्टेशंस ने कि बहुत इमोशनल फिल्म होगी और बहुत सोहनी फिल्म होगी और मैनू परमीश वीरन देखना और अंकल दे नाल देखना है ना अपने आप च एक डिलाइट है ਸਾਰਿਆਂ ਨੂੰ ਹੁੰਦਾ ਨਾ ਕਿ ਜੇ ਅਸੀਂ ਕੋਈ ਕੰਮ ਕਰ ਰਹੇ ਹਾਂ ਅਸੀਂ ਜਦੋਂ ਅਸੀਂ ਆਪਣੇ ਫਾਦਰ ਸਾਹਿਬ ਦੇ ਨਾਲ ਆਉਂਦੇ ਹਾਂ ਉਦੋਂ ਖੁਸ਼ੀ ਜ਼ਿਆਦਾ ਵੀ ਹੁੰਦੀ ਹੈ ਨਾ ਅਤੇ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਨਾਲ ਨਹੀਂ ਲੈ ਗਏ ਐਕਚੁਅਲੀ ਮੈਂ ਬੜੇ ਸ਼ੋਰਟ ਨੋਟਿਸ 'ਤੇ ਆਇਆ ਮੈਂ ਕਿਤੇ ਜਾਣਾ ਸੀਗਾ ਅਸੀਂ ਗਏ ਨਹੀਂ ਹੈਗੇ ਅਤੇ ਮੈਂ ਫਿਲਮ ਦੇਖਣ ਲਈ ਆ ਗਿਆ ਹੈ ਨਾ ਔਰ ਮੈਂ ਚਾਹੁੰਦਾ ਸੀ ਕਿ ਮੈਂ ਆਪਣੇ ਪਾਪਾ ਨੂੰ ਨਾਲ ਲਿਆ ਪਾਉਂਦਾ ਪਰ ਮੈਂ ਇਹ ਫਿਲਮ ਜ਼ਰੂਰ ਆਪਣੇ ਪਾਪਾ ਨਾਲ ਦੇਖ ਕੇ ਆਊਂਗਾ ਆਪਣੀ ਪੂਰੀ ਫੈਮਿਲੀ ਨਾਲ ਦੇਖ ਕੇ ਆਊਂਗਾ ਅੱਛਾ ਐਜ਼ ਏ ਲਿਰਿਸਿਸਟ ਐਜ਼ ਏ ਰਾਈਟਰ ਤੁਸੀਂ ਕੋਈ ਵੀ ਜਦੋਂ ਫਿਲਮ ਦੇਖਦੇ ਹੋ ਹੈ ਨਾ ਉਹਦੀ ਸਟੋਰੀ ਵੱਲ ਜ਼ਿਆਦਾ ਧਿਆਨ ਦਿੰਦੇ ਹੋ ਜਾਂ ਡਾਇਰੈਕਸ਼ਨ ਅਤੇ ਐਕਟਿੰਗ ਨੂੰ ਥੋੜ੍ਹਾ ਜਿਹਾ ਪਿੱਛੇ ਰੱਖਦੇ ਹੋ ਯਾਰ ਮੈਨੂੰ ਲੱਗਦਾ ਫਿਲਮਾਂ ਨਾ ਲੌਜਿਕ 'ਤੇ ਨਹੀਂ ਹੁੰਦੀਆਂ ਮੈਜਿਕ 'ਤੇ ਹੁੰਦੀਆਂ ਅਗਰ ਮੈਜਿਕ ਹੈ ਨਾ ਫਿਰ ਉਹ ਚਾਹੇ ਕਿਸੇ ਵੀ ਚੀਜ਼ 'ਚ ਹੈ ਔਰ ਹਾਂ ਫਿਲਮ ਪਹਿਲਾਂ ਡਾਇਰੈਕਟਰ ਦੀ ਹੁੰਦੀ ਹੈ ਹੈ ਨਾ ਦੈਨ ਕਹਾਣੀ ਵੀ ਇੰਪੋਰਟੈਂਟ ਹੈ ਸਾਰੀ ਚੀਜ਼ਾਂ ਨੇ ਪਰ ਕੁਛ ਫਿਲਮਾਂ 'ਚ ਮੈਜਿਕ ਹੁੰਦਾ ਹੈ ਦੈਨ ਉਹਨੂੰ ਤੁਸੀਂ ਡਿਫਾਈਨ ਨਹੀਂ ਕਰ ਸਕਦੇ ਅਤੇ ਮੈਂ ਵੀ ਇੱਥੇ ਮੈਜਿਕ ਹੀ ਦੇਖਣਾ ਹੈ ਬਸ ਨਹੀਂ ਜਦੋਂ ਕੋਈ ਰਾਈਟਰ ਫਿਲਮ ਦੇਖ ਰਿਹਾ ਹੁੰਦਾ ਜਾਂ ਕੋਈ ਸਟੋਰੀ ਪੜ੍ਹ ਰਿਹਾ ਹੁੰਦਾ ਸੁਣ ਰਿਹਾ ਹੁੰਦਾ ਦੇਖ ਰਿਹਾ ਹੁੰਦਾ ਤਾਂ ਉਸਨੂੰ ਥੋੜ੍ਹਾ ਜਿਹਾ ਆਪਣੇ ਐਂਗਲ ਤੋਂ ਦੇਖਣ ਦੀ ਕੋਸ਼ਿਸ਼ ਵੀ ਕਰਦਾ ਕਿ ਤੁਸੀਂ ਵੀ ਕਰਦੇ ਹੋ ਨਹੀਂ ਮੈਂ ਆਡੀਅੰਸ ਬਣ ਕੇ ਫਿਲਮ ਦੇਖਣ ਦੀ ਕੋਸ਼ਿਸ਼ ਕਰਦਾ ਕਿਉਂਕਿ ਜਦੋਂ ਤੁਸੀਂ ਉਸ ਚੀਜ਼ 'ਚ ਪੈ ਜਾਂਦੇ ਨਾ ਫਿਰ ਤੁਸੀਂ ਦੂਸਰੀ ਆਰਟ ਨੂੰ ਇੰਜੋਏ ਨਹੀਂ ਕਰ ਪਾਉਂਦੇ ਅਤੇ ਮੈਂ ਜਦੋਂ ਵੀ ਕੋਈ ਫਿਲਮ ਦੇਖਦਾ ਜਾਂ ਮੈਂ ਕਿਸੇ ਦਾ ਗਾਣਾ ਵੀ ਸੁਣਦਾ ਮੈਂ ਨੋਰਮਲ ਆਡੀਅੰਸ ਦੀ ਤਰ੍ਹਾਂ ਸੁਣਦਾ ਔਰ ਨੋਰਮਲ ਆਡੀਅੰਸ ਦੀ ਤਰ੍ਹਾਂ ਫਿਲਮ ਦੇਖਣ ਦੀ ਕੋਸ਼ਿਸ਼ ਕਰਦਾ ਜੇ ਮੈਂ ਟੈਕਨੀਕੈਲਿਟੀਜ਼ 'ਚ ਪੈ ਜਾਂਦਾ ਕਿ ਕੈਮਰਾ ਕਿੰਨਾ ਕੁ ਸੀ ਸਿਨੇਮੈਟੋਗ੍ਰਾਫੀ ਕਿੱਦਾਂ ਦੀ ਸੀ ਹੈ ਨਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਫਿਰ ਤੁਸੀਂ ਇੰਜੋਏ ਨਹੀਂ ਕਰ ਸਕਦੇ ਫਿਲਮ ਅੱਛਾ ਅਸੀਂ ਤੁਹਾਡੇ ਲਿਖੇ ਗਾਣੇ ਤਾਂ ਸੁਣਦੇ ਹੀ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਟਾਈਮ ਵੀ ਆਊਗਾ ਕਿ ਜਦੋਂ ਅਸੀਂ ਤੁਹਾਡੀਆਂ ਲਿਖੀਆਂ ਹੋਈਆਂ ਫਿਲਮਾਂ ਦੇਖਾਂਗੇ ਹੋ ਸਕਦਾ ਕੋਈ ਲਿਖੀਆਂ ਹੋਈਆਂ ਨੇ ਹੁਣ ਹਾਂ ਮਤਲਬ ਕਾਫੀ ਚੀਜ਼ਾਂ 'ਤੇ ਕੰਮ ਕਰਦੇ ਹਾਂ ਅਸੀਂ ਔਰ ਉਹ ਜਦੋਂ ਐਗਜ਼ੀਕਿਊਟ ਹੋਣਗੀਆਂ ਸਾਨੂੰ ਤਾਂ ਇਹ ਹੁੰਦਾ ਕਿ ਹਾਂ ਸਭ ਤੋਂ ਪਹਿਲਾਂ ਅਸੀਂ ਲੋਕਾਂ ਨਾਲ ਸ਼ੇਅਰ ਕਰੀਏ ਨਾ ਅਤੇ ਜਦੋਂ ਕੁਛ ਹੋਊਗਾ ਐਗਜ਼ੀਕਿਊਟ ਜਦੋਂ ਕੁਛ ਫਾਈਨਲ ਹੋ ਜਾਊਗਾ ਤਾਂ ਆਪਾਂ ਪੋਸਟਰ ਪਾ ਦਾਂਗੇ ਅੱਛਾ ਇੱਕ ਨਾ ਮਨ ਦੇ ਵਿੱਚ ਹੁੰਦਾ ਕਿ ਜਦੋਂ ਸਾਡਾ ਕੋਈ ਪਹਿਲਾ ਪ੍ਰੋਜੈਕਟ ਆਵੇ ਨਾ ਉਹ ਇਸ ਆਰਟਿਸਟ ਦੇ ਨਾਲ ਆਵੇ ਜੇ ਨਿਰਮਾਣ ਕੋਈ ਫਿਲਮ ਲਿਖਦਾ ਤਾਂ ਉਹ ਕੀ ਸੋਚਦਾ ਕਿ ਮੇਰੀ ਪਹਿਲੀ ਫਿਲਮ ਇਸ ਆਰਟਿਸਟ ਦੇ ਨਾਲ ਆਉਣੀ ਚਾਹੀਦੀ ਹੈ ਹੁਣ ਜਿਹਦੇ ਨਾਲ ਫਿਰ ਆ ਰਹੀ ਹੈ ਨਾ ਉਹਨੇ ਬੁਰਾ ਮੰਨ ਜਾਣਾ ਤਾਂ ਮੈਂ ਹਜੇ ਕੁਛ ਨਹੀਂ ਕਹੂੰਗਾ ਇਸ ਚੀਜ਼ ਬਾਰੇ ਜਦੋਂ ਪਰ ਹਾਂ ਸਭ ਦੇ ਸੁਪਨੇ ਹੁੰਦੇ ਆ ਕਿ ਮੈਂ ਉਹਦੇ ਨਾਲ ਕੰਮ ਕਰਾਂ ਉਹਦੇ ਨਾਲ ਕੰਮ ਕਰਾਂ ਬਟ ਉਹਦੇ ਲਈ ਮੈਨੂੰ ਲੱਗਦਾ ਮੈਂ ਫਿਲਮ ਲਾਈਨ 'ਚ ਹਜੇ ਪਿਆ ਨਹੀਂ ਹੈਗਾ ਮੈਂ ਫਿਲਮਾਂ ਦੇ ਗਾਣੇ ਲਿਖੇ ਆ ਹੁਣ ਬਹੁਤ ਸਾਰੀਆਂ ਫਿਲਮਾਂ ਆਉਣੀਆਂ ਨੇ ਜਿਨ੍ਹਾਂ ਦੇ ਮੈਂ ਗਾਣੇ ਲਿਖੇ ਹੋਏ ਆ ਪਰ ਮੈਂ ਫਿਲਮ ਰਾਈਟਿੰਗ ਜਦੋਂ ਕਰੂੰਗਾ ਜਦੋਂ ਫਿਲਮ ਆਏਗੀ ਹੈ ਨਾ ਉਹ ਕੀ ਕਰਦੀ ਹੈ ਉਹਦੇ ਬੇਸ 'ਤੇ ਫਿਰ ਅੱਗੇ ਦੀ ਸਕਸੈਸ ਹੈ ਉਹਦੇ ਬੇਸ 'ਤੇ ਮੈਂ ਵਿਸ਼ ਕਰ ਸਕਦਾ ਕਿ ਹੁਣ ਮੇਰੇ ਨਾਲ ਇਹ ਬੰਦਾ ਕੰਮ ਕਰੇ ਆ ਮੈਂ ਹੁਣ ਇਸ ਨਾਲ ਕੋਲੈਬ ਕਰ ਸਕਦਾ ਬੈਸਟ ਆਫ ਲੱਕ ਭਾਅ ਜੀ ਛੇਤੀ ਛੇਤੀ ਮੈਂ ਕਹਿੰਦਾ 2022 ਦੇ ਐਂਡ ਤੱਕ ਹੀ ਤੁਹਾਡੀ ਲਿਖੀ ਕੋਈ ਆਪਾਂ ਫਿਲਮ ਛੇਤੀ ਦੇਖੀਏ ਸੋ ਬਾਕੀ ਦੀ ਗੱਲਬਾਤ ਆਪਾਂ ਫਿਲਮ ਦੇਖ ਕੇ ਕਰਾਂਗੇ ਓਕੇ ਥੈਂਕ ਯੂ ਸੋ ਮੱਚ ਹਾਂਜੀ ਸੋ ਹੁਣ ਸਾਡੇ ਨਾਲ ਨੇ ਵਿੱਕੀ ਭਾਅ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਅੱਛਾ ਤੁਸੀਂ ਫਿਲਮ ਦੇਖਣ ਆਏ ਹੋ ਮੈਂ ਅਤੇ ਬਾਪੂ ਇਸ ਫਿਲਮ ਤੋਂ ਕੀ ਐਕਸਪੈਕਟੇਸ਼ਨਸ ਨੇ ਤੁਹਾਡੀਆਂ ਮੈਨੂੰ ਜੀ ਪਹਿਲੀ ਗੱਲ ਮੇਰਾ ਵੱਡਾ ਭਰਾ ਪਰਮੀਸ਼ੀਰ ਆ ਸਾਡਾ ਵੱਡਾ ਬਾਈ ਆ ਸਾਡੀ ਫੈਮਿਲੀ ਬੂਆ ਫੈਮਿਲੀ ਅਤੇ ਮੈਂ ਵੀਰੇ ਕਰਕੇ ਆਇਆ ਅਤੇ ਮੈਨੂੰ ਐ ਕਿ ਮੇਰੇ ਭਰਾ ਦੀ ਮੂਵੀ ਸੁਪਰ ਡੁਪਰ ਹਿੱਟ ਹੋਵੇ ਅਤੇ ਮੇਰੇ ਭਰਾ ਦੀਆਂ ਬਹੁਤ ਸਾਰੀਆਂ ਮੂਵੀਆਂ ਹਨ ਬਾਬਾ ਚੜ੍ਹਦੀ ਕਲਾ 'ਚ ਰੱਖੇ ਮੇਰੇ ਭਰਾ ਨੂੰ ਅਤੇ ਸਭ ਤੋਂ ਵੱਡੀ ਗੱਲ ਇਹ 'ਚ ਡੈਡ ਦਾ ਲਾਈਕ ਮੈਂ ਮਾਮਾ ਦੇ ਗਾਣੇ ਬਹੁਤ ਆਏ ਨੇ ਓਬਵੀਅਸਲੀ ਆਪਾਂ ਸਾਰੇ ਸੁਣਿਆ ਹੀ ਆ ਨਾ ਮਾਮਾ ਵਾਲਾ ਸਿਸਟਮ ਕਿ ਮਾਮਾ 'ਤੇ ਗਾਣੇ ਬਹੁਤ ਆਉਂਦੇ ਨੇ ਇਹ ਡੈਡ ਵਾਲਾ ਪਹਿਲੀ ਵਾਰ ਮੈਂ ਐਕਸਾਈਟਡ ਆਇਆ ਕਿ ਦੇਖਾਂ ਵੀਰੇ ਨੇ ਕੀ ਕੀਤਾ ਇਹਦੇ 'ਚ ਹਾਂਜੀ ਤੁਸੀਂ ਕਹਿ ਰਹੇ ਹੋ ਕਿ ਮਾਮਾ ਦੇ ਉੱਤੇ ਗਾਣੇ ਬਹੁਤ ਆਏ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਡੈਡ ਦੇ ਉੱਤੇ ਕੋਈ ਗਾਣੇ ਕਰੋਗੇ ਹਾਂਜੀ ਮੈਂ ਵੀ ਕਰੂੰਗਾ ਮੈਂ ਟਰਾਈ ਕਰੂੰਗਾ ਹੁਣ ਮੈਂ ਕਰੂੰਗਾ ਅਸੀਂ ਇਹੀ ਗੱਲਾਂ ਕਰੀ ਜਾਂਦੇ ਸੀ ਮੈਂ ਅਤੇ ਮੇਰਾ ਵੀਰਾ ਅਤੇ ਮੈਂ ਕਿਹਾ ਯਾਰ ਆਪਾਂ ਵੀ ਕਰੀਏ ਕੁਛ ਡੈਡ ਦੇ ਗਾਣਾ ਬਣਾਈਏ ਹਾਂਜੀ ਅੱਛਾ ਜਦੋਂ ਤੁਸੀਂ ਕੋਈ ਫਿਲਮ ਦੇਖਣ ਜਾਂਦੇ ਹੋ ਜਦੋਂ ਉਸਦਾ ਕੋਈ ਗਾਣਾ ਸੁਣਦੇ ਹੋ ਤਾਂ ਮਨ ਦੇ ਵਿੱਚ ਆਉਂਦਾ ਕਿ ਯਾਰ ਇੱਦਾਂ ਦਾ ਕੋਈ ਗਾਣਾ ਮੈਂ ਵੀ ਕਰਨਾ ਆ ਕੀ ਕਿਹਾ ਤੁਸੀਂ ਸੋਰੀ ਜਦੋਂ ਤੁਸੀਂ ਕੋਈ ਫਿਲਮ ਦੇਖਣ ਜਾਂਦੇ ਹੋ ਉਹਦੇ ਗਾਣੇ ਜਦੋਂ ਆਉਂਦੇ ਆ ਤਾਂ ਮਨ ਦੇ ਵਿੱਚ ਆਉਂਦਾ ਕਿ ਯਾਰ ਇਦਾਂ ਦਾ ਗਾਣਾ ਮੈਂ ਵੀ ਕਰਨਾ ਹੈ ਹਾਂਜੀ ਆਉਂਦਾ ਆਉਂਦਾ ਮੈਂ ਕਿਹਾ ਮੇਰਾ ਵੀ ਕਦੇ ਗਾਣਾ ਆਵੇ ਮੈਂ ਵੀ ਗਾਵਾਂ ਇਦਾਂ ਅਤੇ ਹਾਂਜੀ ਉਹ ਫਿਰ ਜਦੋਂ ਮਹਾਰਾਜ ਨੇ ਟਾਈਮ ਲਿਆਉਣਾ ਆਪਣੇ ਆਪ ਹੀ ਸਾਰਾ ਕੁਛ ਪਲੈਨਡ ਉੱਪਰੋਂ ਹੀ ਆ ਸਾਰਾ ਕੁਛ ਅਤੇ ਜਿੱਦਣ ਬਾਬੇ ਨੇ ਹੁਕਮ ਲੱਗਿਆ ਹੁਕਮ ਹੋਇਆ ਆਪਾਂ ਉਦੋਂ ਚੱਕਦੇ ਨੇ ਫੱਟੇ ਕਰਦੇ ਨੇ ਗਾਣੇ ਬਹੁਤ ਬਣੇ ਪਏ ਆ ਅਤੇ ਹਾਂਜੀ ਓਕੇ ਅੱਛਾ ਜਿੰਨੇ ਵੀ ਪੰਜਾਬੀ ਸਿੰਗਰ ਆ ਮੋਸਟਲੀ ਅਸੀਂ ਦੇਖਦੇ ਹਾਂ ਕਿ ਜਦੋਂ ਉਹ ਹਿੱਟ ਹੋ ਜਾਂਦੇ ਨੇ ਉਦੋਂ ਫਿਲਮ ਦੇ ਵਿੱਚ ਐਂਟਰੀ ਕਰ ਲੈਂਦੇ ਨੇ ਵਿੱਕੀ ਕਦੋਂ ਫਿਲਮਾਂ ਦੇ ਵਿੱਚ ਐਂਟਰੀ
महाराज मैं गाने करने ने अजे पहला गाने सैट कर लिए तो बाकी वो एक ना की कहना जो महाराज ने हुक्म किया अपने आप इतों तक नहीं पता कि इतों तक आह सिस्टम हो जाऊगा मैंने नहीं पता से आ गाने गुने चलन के सिलसिला कोशिश करता ट्राई करता से बाबे नानक नूं पता मेरे मालक नूं तो उन्हें जो उन्हें मंजूर होया फिल्मां भी आउणगियां मैं कोशिश करदा कोशिश करूँगा मेहनत करूँगा तो फिर वधिया करांगे वधिया सिस्टम करांगे। ओके थैंक यू सो मच भाजी तो बाकी गलबात आप करांगे फिल्म देखने तो बाद। ओके थैंक यू जी। सो फिल्म असी देख ली है फिल्म बहुत सोहनी है पहला तो मुबारक परमीश भाजी। थैंक यू वीर जी थैंक यू सो मच सर थानू भी बहुत बहुत थैंक यू बेटा। तो सब तो पहला मैं पूछना चाहूँगा बापू जी के नाल फिल्म करन दा आइडिया किहदा सीगा? ए वीर मेरा ही सी जी आइडिया मैं स्टोरी सुनी तो उदों मैं सोचा सी कि पापा दे नाल बहुत वधिया ए करैक्टरां दी सिंक्रोनाइजेशन बहुत सोहनी हो ते आई एम वेरी हैप्पी कि सारनूं वधिया लगी जी। जो इस शूट स्टार्ट होया उदो थे की इमोशन से? बहुत वधिया इमोशन से जी मैं आई वॉज़ वेरी एक्साइटिड आई वॉज़ डिलाइटिड तो आई एम ग्लैड कि सानू फिल्म वधिया लग रही है फीडबैक इन्नी पॉजिटिव है तो साड़ी मेहनत रंग लई हुण मैं घट बोलना चाहुंदा हुण मैं चाहुंदा ऑडियंस गल करे इस चीज़। अच्छा तो एक बार साड़ी भैन नू जरूर कैमरे ते लैके आयो इहने बहुत हार्डवर्क किया साड़ी भैन सविदा ने शी इज़ द वन रैप्रजेंटेड ओम जी एंड परमीश वर्मा फिल्म होली सोली लुकड आफ्टर द होल टीम होल प्रोडक्शन ये हूँ भी मेरे ख्याल नाल एज वी स्पीक ये फोन च 10 मैसेजेस होणगे कल नू लैके जिहड़े कर रही है। सो असल मैं ते बापू असल रियल लाइफ मैं ते बापू जोड़ी है जी। हाँ जी डबल ट्री कहना चाहूंगी कि कैसा लगा तुम्हें? बहुत बहुत वधिया फर्स्ट टाइम बिग स्क्रीन पे देख के काफी वधिया लगा एंड ऑडियंस विल आल्सो लाइक इट। सर मैं थानू पूछना चाहुंदा सीगा कि रियल लाइफ दे विच वी प्यो पुत्त दी एहो जी कम शुरू तो ही ऐदा बिल्कुल साडा दोस्ती वाला रिश्ता है बिल्कुल। अच्छा तुसी एक थिएटर आर्टिस्ट भी हो जो थिएटर करते हो या जो सिनेमे ते फिल्म करते हो उस च किन्ना का फर्क लगता? तकनीकी तौर पर फर्क होंगे थिएटर तुसी पहली बार सब कुछ डिलीवर करना है ये रीटेक होने बाद डबिंग होने। थैंक यू बेटा। मैम प्यार भरी सत श्री अकाल। सत श्री अकाल। तुहानू हुण आपां सुनीता कह सकते हैं? बिल्कुल बिल्कुल। अच्छा इस फिल्म का थोड़ा एक्सपीरियंस कैसा रहा? बहुत वधिया सी वी वर ऑल लाइक फैमिली दी तरह काम किया सतीश जी और मैं तो वी नो ईच अदर फ्रॉम ईयर्स कट्ठे थिएटर भी किया हो बट एक नवा एक्सपीरियंस सीगा बहुत अच्छा लगे। अच्छा तुसी सतिंदर जी सतीश जी दे नाल थिएटर किया होया है ना ते ओ शुरू तो ही एहो जे ने थोड़े संगदे रहिंदे ने या फिर किहो जे नेचर है उहनां दा? हाँ वो इदां दे सोबर जे ने प्रोफेसर टाइप्स। सो जो असी फिल्म देखी तो फिल्म ने हसाया भी तो इमोशनल सीन भी काफ़ी सके भाजी कोई ऐसा सीन सेगा जिद सची इमोशनल हो गए सीन करते करते? हाँ जी जेड़ा सीन है जो मैं जो वंड होंगी है घर च उदों मैं अपने फादर नूं कुछ एहोजा बोलना सीगा जिथे प्यो पुत च ना प्यो नूं मैं थोड़ा हर्ट करा वो सीन दे विच मैं उहदे नाल गल कर रहा सी कि डायलॉग इहोजे सख्त नहीं हैगे कि इहोजा मुंडा कुछ बोल दे जिथे जिहड़ा फादर है वह घर च वंड कर दे गुस्सा फादर का किसी होर गल का सीन ये तो उस सीन दे विच मैं उहदे नूं कहा मैं कहा आपां ना इह च तुसी नहीं कहिंदे दो वारी बंदा तुसी तो गल शुरू करदा ते विच तूं कह दिंदा दो वारी जदों प्यो नूं पुत तूं कह दे तां उह बड़ी इक ना मर्यादा क्रॉस हो जाती है तां उह जदों सीन मैं पापा नूं दस्सिया नहीं मैं मौके ते ही बोलिया क्योंकि मैनूं सी उहनां रिएक्शनज भी थोड़े नैचुरल आ जाणगे वो जो मैं बोलिया तो पापा ने मेरे देखना से मैं ऐ लगे पापा ने मैनू देखा तो चलते सीन च एक बार मैं वो जरूर वो होया पर जो सीन कट हो आप रियलाइज़ किया कि आप घर लड़े होंने घरद्या गुस्से च भी बोले होंने है ना भावें तू खबरे ना क्या होर बहुत हर्टफुल गल् कही होंगे सो मैं जाक उठ के पापा ने जफ्फी पाई तो क्या सॉरी कि जो मैं तुम्हें कदम लाइफ हर्ट किया हो सो वो सीन बड़ा इमोशनल से जी। कदे उदा रियल लाइफ के कद कोई यहोजी गल कही हो बाद हर्ट होया हो कदे होया तो सारे करते ही रहने आप कोई सारी परफेक्ट तो है नहीं हूँ मेरी उम्र होगी जिते मैं थोड़ा जहा चीज़ों समझन लग गया लड़पने आप सारे ने घरद्या भी चंगा माड़ा उत्ते थले क्या होंगे तो हो सकता बड़ी बारी क्या हो पर इन्ना गल जरूर जो बंदा टाइम से रियलाइज़ भी कर ले वो भी बहुत वो अचीवमेंट ही मैं मानता
तो फिल्म देख के जो कोई बंदा अपने प्यो नूं सॉरी कह के जफ्फी ओ पा ले मैं लगता वो भी बड़ी वड्डी ही गल हुंदी आ। इन्ना परफेक्ट तो मैं है नहीं कि मैं सारी जिंदगी अपने फादर नूं कदे कुछ बोलिया ही ना होवे। हर बंदे की नोक चोंक हुंदी आ हर परिवार दे विच। तुहाडे फादर साहब ने थिएटर कीता होया ते तुसीं कहिंदे हो कि मैं थिएटर दीआं बहुत सारीआं चीज़ां अपने फादर साहब तों सिखियां। फिल्म दे दौरान तुसीं अपने फादर साहब तों की सिखिया? मेरे पापा पेशेंट बहुत ने, वो बड़े ना पेशेंस दे नाल सुणदे ने सीन नूं। जे उहदे ने कह देना एक टेक होर, दो टेक होर, तीन टेक होर, चलो ये सीन आए नहीं आपां आए कर लैने आ, तां उन्होंने उस गल नूं आराम नाल ही सुन लैना। आपां थोड़े जे पेशेंस लूज कर जाने कि यार होता गया या वधिया नहीं होया, क्यों एक टेक। कई बार हो सकता बाकी डायरेक्टर्स नूं नहीं, उहदे तां हुण मेरा भरा है, मेरा दोस्त है, जिवें आपां दोनों काम कर रहे होईए ते मैं तैनूं कुछ कह दां तुसीं कह दो यार होता गया भाई, तो पर मैं उवें पेशेंस लूज कर जाना उहदे नाल, सारे नाल नहीं। पर वो हुण असीं तां उन्हां दे जवाक हाँ, है ना, उन्होंने साढ़े नाल भी पेशेंस, असीं कह भी देना यार पापा की करी जाने ऐं थोड़ी इहनूं ऐं करना, कहिंदे चल एक होर कर ला, तां वो बड़ी कमाल की गल है। उम्मीद करते हैं दसा भी सालों नूं जदों सानूं भी इन्ना समा हो गया है ना, असीं उस उम्र च गए 25 साल नूं, तो साढ़े जो ठहराओ वो पेशेंस आवे जी होर जी। इस फिल्म के ना थोड़े फादर साहब थोड़ी हर गल बड़ी छेती मान जाते हैं कि तू कहता हाँ ठीक है, रियल लाइफ के भी यह जी? हाँ रियल लाइफ भी इदा ही ने, ये फिल्म च मानते नहीं, मैं उन्होंने कन्फ्यूज जहा करी रखदा, उन्होंने लगता मैंने करना चाहिए कि नहीं करना चाहिए, रियल लाइफ च मान जाते हैं। बस यही बेनती है जी, कल साड़ी फिल्म आ रही है, मैं बापू तुम सारे जने जरूर अपनी फैमिली वेखियो तो अपनी फीडबैक दियो जी। थैंक यू सो मच। सो जी फिल्म भी असी देख लीती है, तो स्टारकास्ट के नाल गल्लां बातां भी कर लीतियां, तो तुसी भी जाओ फिल्म देखो, तो सानू कमेंट करके जरूर दसो कि थानू ये फिल्म किहो जी लगी।